ਪਹਿਲੇ ਛਿੱਤਰ ਮਾਰੇ ਨੇ ਤੇ ਅਸੀਂ ਸ਼ੁਰੂ ਕਰ ਰਹੇ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ। ਤੁਸੀਂ ਸੁਣਾਓ? ਅਲਹਮਦੁਲਿਲਾ। ਵਾਹ ਜੀ, ਤੁਸੀਂ ਸੁਣਾਓ, ਜਿੰਨੀ ਸੋਹਣੀ ਕੁੜੀ ਹੋ, ਉਨੀ ਸੋਹਣੀ ਪੰਜਾਬੀ ਵੀ ਆਉਂਦੀ। ਕੀ ਕਰਦੇ ਹੋ ਤੁਸੀਂ? ਮੈਂ ਬੀ ਐਸ ਕੈਮਿਸਟਰੀ ਦੀ ਸਟੂਡੈਂਟ ਹਾਂ। ਅੱਛਾ, ਸਟੂਡੈਂਟ ਹੋ ਤੇ ਨਾਮ ਕੀ ਹੈ ਤੁਹਾਡਾ? ਨੂਰ। ਨੂਰ? ਯਾ ਨੂਰ, ਨੂਰ ਹੋ ਗਿਆ ਜਮਾਨਾ ਮੋਲ 'ਚ। ਤੇ ਕੋਈ ਅਕਲ ਹੈ ਤੁਹਾਡੇ 'ਚ? ਆਫਕੋਰਸ 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 ਨੂੰ ਅਸੀਂ ਪੰਜਾਬੀ 'ਚ ਕੀ ਕਵਾਂ। ਔਰਸ ਯਕੀਨਨ ਯਕੀਨਨ। ਅੱਛਾ ਮਾਸ਼ਾਅੱਲਾ, ਬਾਲ ਤੁਹਾਡੇ ਬੜੇ ਸੋਹਣੇ ਨੇ ਤੇ ਆ ਕਿੱਥੋਂ ਆਏ ਨੇ? ਜੈਨੇਟਿਕਲੀ। ਅਸੀਂ ਬੱਚੀ ਨੂੰ ਖੁਸ਼ ਕਰ ਦਿੱਤਾ, ਸਵਾਲ ਦਾ ਜਵਾਬ ਆਏ ਨਾ ਆਏ। ਚਲੋ ਅਸੀਂ ਤੁਹਾਡੇ ਕੋਲ ਸਵਾਲ ਪੁੱਛਦੇ ਹਾਂ ਔਰ ਵੇਖਦੇ ਹਾਂ ਕਿ ਤੁਹਾਡੀ ਜ਼ਹਾਨਤ ਔਰ ਤੁਹਾਡੀ ਖੂਬਸੂਰਤੀ ਕਿੱਥੇ ਦਾ ਕੰਮ ਆਉਂਦੀ ਹੈ। ਸਵਾਲ ਅੱਜ ਦਾ ਹੈਗਾ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਝੂਠ ਕਿਹੜਾ ਹੈਗਾ? ਮਜ਼ਾਕੀਆ ਹੋਣਾ ਚਾਹੀਦਾ। ਇਹ ਝੂਠ ਉਹੀ ਹੈ ਜਿਹੜਾ ਤੁਸੀਂ ਹੁਣੇ ਬੋਲਿਆ, ਦੈਟ ਆਈ ਐਮ ਬਿਊਟੀਫੁਲ। ਕੈਮਰੇ 'ਚ ਵੇਖ ਕੇ ਬੋਲੋ ਨਾ, ਕੈਮਰੇ ਵਿੱਚ ਵੇਖ ਕੇ। ਨੋ ਨਾ, ਓਵਰ ਟੂ ਫਾਤਿਮਾ, ਹੀ ਸ਼ੀ ਇਜ਼ ਵੈਰੀ ਗੁੱਡ। ਅੱਛਾ, ਉਹ ਕਹਿ ਰਹੇ ਨੇ ਕਿ ਇਹਨਾਂ ਦੀ ਜਿਹੜੀ ਸਹੇਲੀ ਹੈ ਨਾ, ਉਹ ਬੜੀ ਅੱਛੀ ਪੰਜਾਬੀ ਬੋਲਦੀ ਹੈ ਤੇ ਇਹਨਾਂ ਦੀ ਅੰਗਰੇਜ਼ੀ ਖਰਾਬ ਹੈ, ਉਹ ਲੜਦੀਆਂ ਪਈ ਨੇ ਆਪਸ 'ਚ।